ਪੰਜਾਬ ਸਰਕਾਰ ਵੋਟ ਪਾਉਂਦੀ 26 ਵਾਲੇ ਪ੍ਰੋਗਰਾਮ ਚ, ਤੇ ਜਿਹੜਾ 1 ਤਰੀਕ ਨੂੰ ਮਾਰਚ ਪਾਰਲੀਮੈਂਟ ਨੂੰ ਹੋਣਾ ਸੀ ਕਾਨੂੰਨ ਤੁਸੀਂ ਰੱਦ ਕਰਾ ਕੇ ਆਉਣੇ ਸੀ, ਹੁਣ ਵੀ ਕਰਾਓਗੇ? ਢਹਿੰਦੀ ਕਲਾ ਵਾਲੀ ਗੱਲ ਨੀ ਆਪਾਂ ਕਰਨੀ, ਢਹਿੰਦੀ ਕਲਾ ਵਾਲੀ ਗੱਲ ਕਰਦੇ ਆ ਤੇ ਸਰਕਾਰ ਦਾ ਸਮਰਥਨ ਹੁੰਦਾ ਜੋ, ਹੁਣ ਕਿਸੇ ਜਥੇਬੰਦੀ ਨੂੰ ਕੋਈ ਗੱਲ ਕਹਿਣ ਦੀ, ਕਿਸੇ ਨੌਜਵਾਨ ਨੂੰ ਕੋਈ ਗੱਲ ਕਹਿਣ ਦੀ, ਇਹ ਕਹਿਣਾ ਕੋਈ ਵੀ ਇਕੱਲੀ ਜਥੇਬੰਦੀ ਨੀ ਜੇ ਸੰਘਰਸ਼ ਜਿੱਤ ਸਕਦੀ, ਤੁਹਾਨੂੰ ਸਾਫ਼ ਦੱਸਦਾ ਇਹ ਗਾ ਆਪਣਾ ਜਿੱਤੂਗਾ ਭਾਰਤ ਚ ਖੜਾਂਗੇ। ਹੁਣ ਜੋ ਯੂਪੀ ਚ ਹੋਣ ਡਿਆ, ਸਭ ਤੋਂ ਵੱਧ ਪੀੜ ਇਹਨਾਂ ਨੂੰ ਯੂਪੀ ਚ ਹੋਣ ਡੀ ਜੋ, 9 ਮਹੀਨਿਆਂ ਤੱਕ ਵੋਟਾਂ ਜੋ ਜਿਹੜੀਆਂ ਮਹਾਂ ਪੰਚਾਇਤਾਂ ਉੱਥੇ ਹੋਣ ਲੱਗ ਗਈਆਂ, ਇਹਨਾਂ ਨੂੰ ਸਭ ਤੋਂ ਵੱਡਾ ਡਰ ਉੱਥੇ ਪਿਆ ਜੋ ਇਹ ਮਹਾਂ ਪੰਚਾਇਤਾਂ ਦਾ। ਜੇ ਤੁਸੀਂ ਸੰਘਰਸ਼ ਸ਼ਾਂਤਮਈ ਰੱਖਣਾ, ਜੇ ਕੈਨੇਡਾ ਦਾ ਪ੍ਰਧਾਨ ਮੰਤਰੀ ਗੱਲ ਕਰਦਾ ਤੇ ਤੁਹਾਡੇ ਸੰਘਰਸ਼ ਬਾਰੇ ਕਰਦਾ, ਜੇ ਕੋਈ ਹੋਰ ਕੋਈ ਆਜ਼ਾਦ ਸੋਚ ਰੱਖਣ ਵਾਲਾ ਸੰਘਰਸ਼ ਦੀ ਗੱਲ ਕਰਦਾ ਤੇ ਤੁਹਾਨੂੰ ਸਿਹਰਾ ਜਾਂਦਾ ਪੰਜਾਬੀਓ। ਸਾਨੂੰ ਤੇ ਕਹਿੰਦੇ ਆਏ ਖਾਲਿਸਤਾਨੀਏ, ਵੱਖਵਾਦੀਏ, ਚੀਨ ਦੇ ਏਜੰਟ, ਪਾਕਿਸਤਾਨ ਕਾਂਗਰਸ ਦੇ ਏਜੰਟ ਵੀ ਦੱਸਦੇ ਰਹੇ ਤੇ ਕਾਂਗਰਸ ਸਾਡੇ ਪਰਚੇ ਵੀ ਪਾਉਂਦੀ ਰਹੀ। ਇਸ ਕਰਕੇ ਕੋਈ ਵੀ ਵੀਰ ਭਰਾ ਨੂੰ ਕੋਈ ਗੁੱਸਾ ਆਉਂਦਾ ਵਾ, ਉਹਨੂੰ ਤੱਥਾਂ ਨਾਲ ਸਮਝਾਓ, ਸਿਰ ਜੋੜ ਕੇ ਸਿਰ ਬਹਿਣ ਦਾ ਟਾਈਮ ਜੋ, ਸਿਰ ਤੋੜਨ ਵਾਲਾ ਬੰਦਾ ਕਦੀ ਵੀ ਨਹੀਂ ਸੰਘਰਸ਼ ਜਿਤਾ ਸਕਦਾ। ਹੁਣ ਤੁਸੀਂ ਲੰਗਰ ਛਕਾ ਵਾ ਇੰਨੀਆਂ ਹੀ ਗੱਲਾਂ ਕਰਦਾ ਆ, ਤੁਹਾਡੇ ਕੋਲ ਕਿਵੇਂ ਜਾ। ਨੌਜਵਾਨੀ ਦੀ ਗੱਲ ਕੀਤੀ ਹੁਣ ਸਟੇਜ ਤੇ, ਠੀਕ ਹੈ, ਪੰਜਾਬ ਦੇ 2 ਨੌਜਵਾਨ ਜਿਹੜੇ ਆ ਜਿਨ੍ਹਾਂ ਨੇ ਇਸ ਐਡੇ ਵੱਡੇ ਮੋਰਚੇ ਨੂੰ ਇਸ ਲੈਵਲ 'ਤੇ ਲੈ ਕੇ ਗਏ ਸੀ। ਇਸ ਵੇਲੇ ਸਭ ਤੋਂ ਵੱਡੀ ਮੁਸੀਬਤ ਜੇ ਪੰਜਾਬ ਦੀ ਨੌਜਵਾਨੀ, 2 ਹੀ ਬੰਦੇ ਆ ਗਏ, ਦੋਵਾਂ ਨੂੰ ਇਸ ਵੇਲੇ ਮੁਸੀਬਤ ਪਈ ਹੈ, ਜਥੇਬੰਦੀਆਂ ਇਗਨੋਰ ਕਰਨ ਡੀਆਂ, ਕੀ ਕਹੋਗੇ? ਤੁਹਾਨੂੰ ਮੈਂ ਕਿਹਾ ਵੀ ਤੁਸੀਂ ਸੁਣਿਆ ਹੀ ਨਹੀਂ, 2 ਨੌਜਵਾਨ ਹੀ ਆ, 11 ਹੀ ਨੌਜਵਾਨ ਚੁੱਕ ਕੇ ਅੰਦਰ ਕੀਤੇ ਆ ਅਤੇ ਕੋਈ ਜਥੇਬੰਦੀ ਕਿਸੇ ਨੂੰ ਗੌਰ ਨਹੀਂ ਕਰਦੀ। ਨੌਜਵਾਨਾਂ ਵਾਸਤੇ ਪੈਨਲ ਬਣਾਏ ਗਏ ਆ, ਵਕੀਲਾਂ ਦੀਆਂ ਟੀਮਾਂ ਦਿੱਤੀਆਂ ਗਈਆਂ, ਨੌਜਵਾਨੀ ਨਾਲ ਆ, ਜੇ ਕੋਈ ਗਲਤ ਰਾਹ 'ਤੇ ਕੋਈ ਪੈ ਜਾਂਦਾ ਉਹ ਵੀ ਸਾਡਾ ਨੌਜਵਾਨਾਂ ਨੂੰ ਸਮਝਾਇਆ ਜਾਊਗਾ। ਕੋਈ ਜਥੇਬੰਦੀਆਂ ਕੋਈ ਨੌਜਵਾਨਾਂ ਦੇ ਬਰਖਲਾਫ਼ ਨਹੀਂ, ਨੌਜਵਾਨਾਂ ਦੇ ਹੱਕ 'ਚ ਖੜੀਆਂ। ਇਹ ਗੱਲ ਜਿਹੜੇ ਨੌਜਵਾਨ ਹੁਣ ਵੀ ਫੜ ਕੇ ਅੰਦਰ ਦੇਣ ਡਈ ਆ ਦਿੱਲੀ ਦੀ ਪੁਲਿਸ, ਉਹਨਾਂ ਦੀ ਵੀ ਵਿਰੋਧ ਤਾਂ ਕਰਦੇ ਅਤੇ ਉਹਨਾਂ ਦੀ ਵੀ ਕਰਦੇ ਹਾਂ, ਇਸ ਕਰਕੇ ਨੌਜਵਾਨਾਂ ਦੇ ਨਾਲ ਆ ਜਥੇ। ਤੁਸੀਂ ਵੇਖਿਆ ਪੱਤਰਕਾਰ ਵਾਰ ਵਾਰ ਸਵਾਲ ਪੁੱਛ ਰਹੇ ਆ, ਜਿੰਨੇ ਵੀ ਸਾਡੀ ਜਿਹੜੀ ਜਿੰਨੇ ਨੁਮਾਇੰਦੇ ਜਥੇਬੰਦੀ ਦੇ, ਉਹਨਾਂ ਨੇ ਇਹੀ ਕਿਹਾ ਸਰਕਾਰ ਗੱਲ ਕਰੇ, ਸਰਕਾਰ ਕਰੇ, ਸਰਕਾਰ ਕਰੂਗੀ। ਹੁਣ ਇੱਕਦਮ ਜੇ ਨੌਜਵਾਨੀ ਨਾਲ ਲੈ ਕੇ ਤੁਰੇ ਸੀ, ਹੁਣ ਸਰਕਾਰ ਜਥੇਬੰਦੀਆਂ ਕਹਿੰਦੀਆਂ ਸਰਕਾਰ ਆਪੇ ਜੋ ਵੇਖੂਗੀ, ਕੀ ਲੈ ਜੇ ਜਿਹੜੀ ਜਥੇਬੰਦੀਆਂ ਲੈ ਕੇ ਗਈਆਂ ਸੀ, ਹੁਣ ਉਹ ਜ਼ਿੰਮੇਵਾਰੀ ਖਤਮ ਹੋ ਗਈ ਉਹਨਾਂ ਦੀ? ਮੈਂ ਤੁਹਾਨੂੰ ਜਾਣਕਾਰੀ 'ਚ ਵਾਧਾ ਕਰਦਾ, 2 ਤਰੀਕ ਵਾਲੀ ਮੀਟਿੰਗ ਸਰਕਾਰ ਦੀ ਇਸੇ ਕਰਕੇ ਰੱਦ ਕੀਤੀ ਵੀ ਸਾਡੇ 1 ਬੰਨੇ ਨੌਜਵਾਨ ਫੰਡ ਹੈ ਜੋ, ਅਤੇ 1 ਬੰਨੇ ਸਾਨੂੰ ਗੱਲਬਾਤ, ਜੇ ਗੱਲਬਾਤ ਕਰਨੀ ਹੈ ਤਾਂ ਉਹਦਾ ਸਕਾਵਾਂ ਮਾਹੌਲ ਬਣਾਇਆ ਜਾਵੇ ਵੀ ਪਹਿਲਾਂ ਨੌਜਵਾਨ ਸਾਡੇ ਰਿਹਾ ਕੀਤੇ ਜਾਣ। ਜਥੇਬੰਦੀਆਂ ਨੇ ਮੀਟਿੰਗ ਹੀ ਤਾਂ ਉਹ ਰੱਦ ਕੀਤੀ ਸਰਕਾਰ ਨਾਲ, ਤਾਂ ਤੁਸੀਂ ਮੇਰੇ ਤੋਂ ਉੱਪਰਲੀ ਪਾਵਰ, ਜੇ ਮੈਂ ਤੁਹਾਨੂੰ ਮਿੰਤ ਨਾਲ ਨਹੀਂ ਗੱਲ ਕਰ ਸਕਦਾ, ਮੈਂ ਵੀ ਓਡੀ ਦੱਬ ਬਣਾ ਕੇ ਗੱਲ ਕਰ ਸਕਦਾ? ਗੱਲ ਉਹਨਾਂ ਚਿਰ ਨਹੀਂ ਜੀ ਹੋਊਗੀ ਜਿੰਨਾ ਚਿਰ ਨੌਜਵਾਨਾਂ ਬਾਰੇ ਨਾ ਹੋਊਗੀ ਵੀ ਨੌਜਵਾਨ ਹਰਿਆ ਕਰੋ। ਨੌਜਵਾਨ ਸਾਰੇ ਹੀ ਛਡਾਵਾਂਗੇ, ਸਾਰੇ ਹੀ ਸਾਡੇ ਧੀਆਂ ਪੋਤੇ ਆ, ਉਹਨਾਂ ਦੇ ਮਗਰ ਖੜੇ ਆ। ਸਾਡੀ ਜਥੇਬੰਦੀ ਅੱਜ ਤੱਕ ਇੱਕ ਬਿਆਨ ਨਹੀਂ ਆਇਆ, ₹1,00,000 ਲੱਖੇ 'ਤੇ ਵੀ ਨਾਮ ਰੱਖਿਆ ਗਿਆ ਵਾ, ਸਿਧਾਣੇ 'ਤੇ ਵੀ ਰੱਖਿਆ ਗਿਆ, ਤੁਹਾਡੇ ਸਾਹਮਣੇ ਸਿੱਧੂ 'ਤੇ ਵੀ ਰੱਖਿਆ ਗਿਆ, ਸਿੱਧੂ ਫੜਿਆ ਗਿਆ, ਲੱਖਾਂ ਨਹੀਂ ਫੜਿਆ ਗਿਆ। ਅੱਜ ਤੱਕ ਕੋਈ ਵੀ ਇਹ ਮਤਲਬ ਜਥੇਬੰਦੀ ਨੇ ਬਿਆਨ ਨਹੀਂ ਇਹਨਾਂ ਬਾਰੇ ਦਿੱਤਾ ਵੀ ਇਹ ਸਰਕਾਰ ਨੇ ਕਿਉਂ ਕੀਤਾ, ਉਹਨਾਂ ਦਾ ਕਸੂਰ ਕੀ ਆ? ਆਪਾਂ ਤਾਂ ਕਹੀ ਜਾਂਦੇ ਜਥੇਬੰਦੀਆਂ ਨੇ ਬੋਲੀ ਜਾਂਦੇ ਵੀ ਇਹ ਡਰਾਮਾ ਜਿਹੜਾ ਝੰਡਾ ਚੜ੍ਹਾਉਂਦਾ ਸਰਕਾਰ ਨੇ ਕਰਾਇਆ, ਅਤੇ ਕਈ ਨੌਜਵਾਨਾਂ ਦੇ ਨਾਮ ਰੱਖੇ ਆ, ਜਦੋਂ ਫੇਲੀਅਰ ਤੁਹਾਡੇ ਕੋਲ ਇੰਨੀ ਤਕੜੀਆਂ ਫੋਰਸਾਂ ਅਤੇ ਨੌਜਵਾਨ ਉੱਥੇ ਕਿੱਦਾਂ ਪਹੁੰਚ ਗਏ? ਜਦੋਂ ਝੰਡਾ ਸਰਕਾਰ ਚੜ੍ਹਾਉਂਦੀ ਆ ਅਤੇ ਪਰਚੇ ਸਾਡੇ ਨੌਜਵਾਨਾਂ ਦੇ ਕਰਦੀ ਆ, ਜਿਹੜੇ ਹੱਕ ਮੰਗਦੇ ਆ, ਜਿਹੜੇ ਸੰਘਰਸ਼ 'ਤੇ ਲੜਦੇ ਆ, ਇਹ ਨਾਲ ਹੀ ਰਹਿਣਗੇ ਨੌਜਵਾਨ, ਇੱਦਾਂ ਦੀ ਕੋਈ ਗੱਲ ਨਹੀਂ। ਨੌਜਵਾਨ ਇਹ ਜਥੇਬੰਦੀਆਂ ਨਾਲ, ਜਥੇਬੰਦੀਆਂ ਵੀ ਡਟ ਕੇ ਨੌਜਵਾਨਾਂ ਨਾਲ ਖਲੋਤੇ। 2 ਬੰਦੇ ਲੱਖਾਂ ਸੋਣਾ ਜਾਂ ਸਿੱਧੂ ਇਸ ਵੇਲੇ ਸਭ ਤੋਂ ਲੀਡ ਕਰ ਰਹੇ ਸੀ, ਉਹੀ ਅੱਖਾਂ ਸਾਹਮਣੇ ਸੀ, ਤੁਹਾਨੂੰ ਨਹੀਂ ਲੱਗਦਾ ਕਿ ਜਥੇਬੰਦੀਆਂ ਨੇ ਜਿਸ ਤਰ੍ਹਾਂ ਨੂੰ ਇਗਨੋਰ ਕੀਤਾ ਆ ਅਤੇ ਹੁਣ ਆਉਣ ਵਾਲੇ ਸਮੇਂ ਜਵਾਨ ਜਿਹੜਾ ਥੋੜ੍ਹਾ ਨਿਰਾਸ਼ ਹੋਇਆ ਔਰ ਇਹ ਮੋਰਚੇ ਦੇ ਵਿੱਚ ਵੀ ਕੋਈ ਸੱਟ ਵੱਜੂਗੀ ਲੱਗਦਾ ਆ?
ਕੋਈ ਸੱਟ ਵੱਜਣ ਨਹੀਂ, ਲੀਡ ਸਾਰੇ ਕਰਨ ਡੇ। ਮੈਂ ਵੀ ਨੌਜਵਾਨ ਹਾਂ, ਲੱਖਾਂ ਨੌਜਵਾਨ ਨੌ ਲੀਡ ਕਰਨ ਡੇ। ਕੋਈ ਵੀ ਸਾਡਾ ਧੀ ਪੁੱਤ ਆ, ਕੋਈ ਵੀ ਲੀਡ ਕਰਦਾ, ਉਹਦੇ ਹੱਕ 'ਚ ਖੜਾਂਗੇ। ਸਾਰਾ ਪੰਜਾਬ ਖੜਿਆ, ਸਾਰਾ ਭਾਰਤ ਖੜੂਗਾ। ਅਤੇ ਜਿਹੜਾ ਵੀ ਕੋਈ ਨੌਜਵਾਨ 'ਤੇ ਗਲਤ ਕਰੂਗਾ, ਉਹ ਦਿੱਲੀ ਪੁਲਿਸ ਜ਼ਿੰਮੇਵਾਰ ਹੋਊਗੀ। ਸਖ਼ਤ ਵਿਰੋਧ ਕਰਦੇ ਹਾਂ, ਜਿਹੜੀ 2 ਤਰੀਕ ਵਾਲੀ ਮੀਟਿੰਗ ਰੱਦ ਕੀਤੀ ਗਈ, ਇਸੇ ਕਰਕੇ ਕੀਤੀ ਵੀ ਸਾਡੇ ਨੌਜਵਾਨਾਂ ਦੇ ਪਹਿਲੋਂ ਹਰਿਆ ਕਰੋ। ਉਹਨਾਂ ਦੇ ਪਰਚੇ ਪਾਈ ਜਾ ਰਹੇ, ਜੋ ਘਰਾਂ ਤੋਂ ਚੁੱਕਣ ਡੇ, ਜੋ ਗਰੀਬ ਘਰਾਂ ਦੇ ਮੁੰਡੇ, ਉਹਨਾਂ ਦੀਆਂ ਮਾਵਾਂ ਰੋਂਦੀਆਂ ਫਿਰਦੀਆਂ। ਅੱਜ ਪੁੱਛ ਕੇ ਵੇਖੋ, ਜਿਹਦਾ ਧੀ ਪੁੱਤ ਚੁੱਕਿਆ ਜਾਂਦਾ ਉਹ ਕੀ ਕਰਦੇ ਆ। ਸਧਾਰਨ ਘਰਾਂ ਦੇ ਬੱਚੇ ਹੀ, ਉਹਨਾਂ ਦੇ ਨਾਲ ਖੜੇ ਹਾਂ ਅਤੇ ਖੜੇ ਰਹਾਂਗੇ ਨੌਜਵਾਨਾਂ ਦੇ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਨੌਜਵਾਨਾਂ ਦੇ ਵੱਡੇ ਇਕੱਠ ਵਿਖਾਏ ਜਾਣਗੇ। ਕਿਸਾਨ ਜਥੇਬੰਦੀਆਂ ਇੱਕ ਬਿੰਨ ਕਿੰਨੀਆਂ ਸਾਡੀ ਏਕਤਾ ਹੈਗੀ ਹੈ, ਜੇ ਬਿਆਨ 'ਤੇ ਵੇਖੀਏ ਤਾਂ ਵੱਖਰੇ ਵੱਖਰੇ ਬਿਆਨ ਦਿੰਦੇ ਫਿਰਦੇ ਆ। ਕੀ ਉਹਨਾਂ ਨੂੰ ਇੱਕ ਆਪਣੀ ਜਥੇਬੰਦੀ ਦੇ ਇੱਕ ਨੁਮਾਇੰਦੇ 'ਤੇ ਭਰੋਸਾ ਨਹੀਂ ਹੈ? ਜਿਹੜੀ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਹ ਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕਦੀ ਵੀ ਕੋਈ ਵੱਖਵਾਦੀ ਬਿਆਨ, ਕੋਈ ਇਕੱਲਾ ਬਿਆਨ ਨਹੀਂ ਦਿੱਤਾ ਗਿਆ। ਸੰਯੁਕਤ ਮੋਰਚੇ ਜਿਹੜਾ ਹੁੰਦਾ, ਭਾਵੇਂ ਸਭ ਤੋਂ ਤਗੜੀ ਜਥੇਬੰਦੀ ਆ, ਅਤੇ ਮਗਰ ਲਾ ਕੇ ਕੰਮ ਕਰਨ ਡਿਆ, ਜੋ ਸੰਯੁਕਤ ਮੋਰਚਾ ਆਉਂਦਾ ਉਹ ਕਰਨ ਡਿਆ, ਨਾ ਹੀ ਵੱਖ ਗੱਲ ਕਰਦੇ ਹਾਂ। ਇਹ ਸੰਘਰਸ਼ ਅਸੀਂ ਸੰਘਰਸ਼ ਜਿੱਤਣ ਤੱਕ ਸਾਰੇ ਇਕੱਠੇ ਹੋਏ ਹਾਂ, ਨੌਜਵਾਨ ਜਥੇਬੰਦੀਆਂ ਸਾਰੇ ਇਕੱਠੇ ਹੋਏ ਹਾਂ। ਧੰਨਵਾਦ ਕਰਨਾ ਚਾਹੁੰਦੇ ਹਾਂ ਪੰਜਾਬ ਦੇ ਮੀਡੀਆ ਦਾ, ਜਿਹਨੇ ਏਡਾ ਸਹਿਯੋਗ ਦੇ ਕੇ ਅਤੇ ਇਹ ਵਰਲਡ ਦਾ ਸੰਘਰਸ਼ ਬਣਾ ਤਾ, ਅਤੇ ਸਾਰੇ ਹੀ ਅਸੀਂ ਇਕੱਠੇ ਹੋ ਕੇ ਸੈਂਟਰ ਸਰਕਾਰ ਨੂੰ ਚੁਕਾਵਾਂਗੇ, ਜਿਹੜਾ ਹਿਟਲਰ ਬਣਿਆ ਫਿਰਦਾ ਪ੍ਰਧਾਨ ਮੰਤਰੀ। ਅੱਛਾ, ਸਰਕਾਰਾਂ ਦਾ ITCL ਚੱਲ ਰਿਹਾ ਆ, ਵੇਖੋ ਬੜੇ ਤਰੀਕੇ ਨਾਲ ਉਹ ਚਲਾ ਰਹੇ ਆ, ਔਰ ਉਹ ਕੁਛ ਨਾ ਕੁਛ ਆਪਣਾ ਕੁਛ ਨਾ ਕੁਛ ਹਾਸਲ ਵੀ ਕਰ ਰਹੇ ਆ। ਜਿਹੜਾ ਕਿਸਾਨ ਕਹਿੰਦੇ ਕਿ ਅਸੀਂ ਵੀ ਨਾਲ ਬਰਾਬਰ ਦਾ ਕਮੈਂਟ ਕਰਨ ਵਾਸਤੇ ITCL ਬਣਾਇਆ, ਲੱਗਦਾ ਤੁਹਾਨੂੰ ਕਿ ਅਸੀਂ ਉਹਨਾਂ ਦੇ ਬਰਾਬਰ ਜਾ ਰਹੇ ਹਾਂ, ਕਿ ਉਹਨਾਂ 'ਚ ਗੱਲਾਂ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਹਾਂ, ਵੀ ਆਹ ਉਹ ਕਰ ਰਹੇ ਕਿ ਨਹੀਂ? ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਸੀਂ ਜੋ ਹੋਰ ਪੰਜਾਬ ਦਾ ਮੀਡੀਆ ਇਹਦੇ ਖਬਰਾਂ ਵਿਖਾਉਂਦਾ, ਜਿਹੜਾ ਉਹਨਾਂ ITCL ਸੈੱਲ ਬਣਾਇਆ, ਉਹਨਾਂ ਪੈਸੇ ਦੇ ਜ਼ੋਰ ਨਾਲ ਬਣਾਇਆ, ਅਤੇ ਸਾਡੇ ਜਿਹੜੇ ਲੋਕ ਆ ਉਹ ਫਰੀ ਸੇਵਾ ਕਰਦੇ ਆ, ਹੁਣ ਫਰੀ ਸੇਵਾ ਉੱਨੀ ਕੋਈ ਕਰੂਗਾ ਜਿੰਨੀ ਕੋਈ ਉੱਥੇ ਸਮਰੱਥਾ, ਇਸ ਕਰਕੇ ਥੋੜ੍ਹਾ ਜਿਹਾ। ਪਰ ਜਿਹੜੇ ਨੌਜਵਾਨ ਪੰਜਾਬੀ ਆ, ਜਿਹੜਾ ਬਾਹਰਲਾ ਭਾਈਚਾਰਾ, ਉਸੇ ਵੇਲੇ ਮੋੜਵਾਂ ਜਵਾਬ BJP ਨੂੰ ਦਿੱਤਾ ਜਾਂਦਾ ਕਿ ਨਹੀਂ ਦਿੱਤਾ, ਥੱਲੇ ਕਮੈਂਟਾਂ 'ਤੇ ਪੜ੍ਹ ਲਓ। ਜਦੋਂ ਹਰਜੀਤ ਗਰੇਵਾਲ, ਥੀਏਟਰ ਜਾਂ ਜੈਨੀ ਉਹ ਲਾਈਵ ਹੁੰਦੇ, ਉਹਨਾਂ ਦੇ ਥੱਲੇ ਕਮੈਂਟ ਪੜ੍ਹ ਲਿਆ ਕਰੋ ਵੀ ਸਾਡੇ ਨੌਜਵਾਨ ਜਾਂ ਬਾਹਰਲੇ NRI ਉਹਨਾਂ ਦਾ ਕਮੈਂਟ ਕੀ ਭੇਜਦੇ ਆ। ਆਖਰੀ ਸਵਾਲ ਜੀ, ਲੱਖੇ ਸਿਧਾਣੇ ਸਿੱਧੂ ਬਾਰੇ ਤੁਸੀਂ ਲੋਕਾਂ ਨੂੰ ਕੀ ਕਹੋਗੇ? ਲੱਖਾ ਸਿਧਾਣਾ ਸਾਡਾ ਭਰਾ ਆ, ਉਹਦੇ ਨਾਲ ਖੜਾਂਗੇ। ਉਹ ਜਿਹੜਾ ਦੂਜਾ ਮਰਾ ਜਥੇਬੰਦੀਆਂ ਦੇ ਕੋਈ ਵਿਖੇਵੇਂ ਨਾਲ ਚੱਲ ਗਿਆ, ਅਤੇ ਉਹ ਜਥੇਬੰਦੀਆਂ ਸੂਬਾ ਕਮੇਟੀਆਂ ਨੇ ਆਖਿਆ ਵੀ ਅਸੀਂ ਨਾਲ ਖੜਾਂਗੇ, ਅਤੇ ਜਿਹੜਾ ਸਾਰੀ ਹੀ ਨੌਜਵਾਨੀ ਨੂੰ ਬਚਾਵਾਂਗੇ। ਸਿਰਫ ਗੱਲ ਨੌਜਵਾਨਾਂ ਦੋਵਾਂ ਦੀ ਨਹੀਂ ਆ, ਕਿੰਨੇ ਨੌਜਵਾਨ ਸਾਡੇ ਫੜ ਕੇ ਅੰਦਰ ਕੀਤੇ ਆ, ਸਾਰਿਆਂ ਨੂੰ ਛਡਾਵਾਂਗੇ। ਜਿਹੜੀ ਸਾਡੀ ਉਹ ਭੈਣ, ਮੈਨੂੰ ਉਹਦਾ ਨਾਂ ਤਾਂ ਨਹੀਂ ਹੈਗਾ, ਜਿਹੜੀ ਉੱਥੋਂ ਇਹਨੇ ਦਿੱਲੀ ਪੁਲਿਸ ਨੇ ਸਿਰਫ ਦੂ ਲੈਣ ਵਾਲੀ ਨੌਦੀਪ ਨੌਦੀਪ ਸੱਚ ਇੱਕ ਹੋਰ ਚੁੱਕੀ ਆ, ਮਤਲਬ ਅਤੇ ਉਹਨਾਂ ਦੇ ਨਾਲ ਖੜੇ ਆ, ਖੜੇ ਰਹਾਂਗੇ। ਅਤੇ ਜੋ ਜੇ ਦੋ ਲੈਣਾ ਲਿਖਣਾ ਕੋਈ ਦਰੇਸ਼ ਦਰੋਹੀ ਨਹੀਂ ਬਣ ਜਾਂਦਾ, ਆਪਾਂ ਆਪਣੇ ਹੱਕ ਮੰਗਣ ਡੇ ਹਾਂ, ਕੋਈ ਖਾਲਿਸਤਾਨੀਆਂ ਨਹੀਂ, ਆਪਾਂ ਦੇਸ਼ ਦੇ ਕਿਸਾਨ ਆ, ਦੇਸ਼ ਦੇ ਕਿਸਾਨ ਹੀ ਰਹਿਣਾ। ਮਿਹਰਬਾਨੀ।